आटा दाल स्कीम दे उपर आज हाई कोर्ट दे बेचे अहम सुनवाई होनी है। जी हाँ, दसना चाहवांगा कि आटा दाल स्कीम नू लैके डिपू होल्डरां दे वलों रिट पाई गई है, उन्हां दे वलों कोर्ट दे बेचे पटीशन पा दित्ती गई है कि इस दे नाल साडियां नौकरियां नू खतरा है, साडे कारोबार नू खतरा है। असल दे विच तुहानू कारण दसने आ कि सूबा सरकार दे वलों ये ऐलान किया गया सी, हुण जिहड़ी कणक मिलदी है, जिहड़ा राशन मिलदा सी गरीबां नू, ਉਹ ਹੁਣ ਕਣਕ ਦੀ ਜਗ੍ਹਾ ਆਟਾ ਮਿਲਿਆ ਕਰੇਗਾ ਤੇ ਆਟਾ ਵੀ ਜਿਹੜਾ ਘਰ ਘਰ ਦੇ ਵਿੱਚ ਸਰਕਾਰ ਦੇ ਅਫਸਰ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਉਹ ਪਹੁੰਚਾਇਆ ਕਰਨਗੇ, ਯਾਨੀ ਕਿ ਆਟਾ ਜਿਹੜਾ ਘਰ ਘਰ ਦੇ ਵਿੱਚ ਮੁਹੱਈਆ ਕਰਵਾਇਆ ਜਾਏਗਾ। ਪਰ ਇਸ ਦੇ ਉੱਪਰ ਰਿੱਟ ਪਾ ਦਿੱਤੀ ਗਈ ਹੈ, ਡਿਪੂ ਹੋਲਡਰਾਂ ਦੇ ਵੱਲੋਂ ਇਤਰਾਜ਼ ਜਿਹੜਾ ਉਹ ਜਿਤਾਇਆ ਗਿਆ ਸੀ ਕਿ ਇਸ ਦੇ ਨਾਲ ਸਾਡੀਆਂ ਨੌਕਰੀਆਂ ਨੂੰ ਖਤਰਾ ਹੈ, ਸਾਡੇ ਕਾਰੋਬਾਰ ਨੂੰ ਖਤਰਾ ਹੈ। ਪਰ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਸ਼ੇਰਗਿੱਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਕੀ ਹਾਈ ਕੋਰਟ ਦਾ ਫੈਸਲਾ ਜਿਹੜਾ ਉਹ ਅਸਾਰ ਕੀ ਹੈ ਕਿ ਕੀ ਰਹਿਣ ਵਾਲਾ ਹੈ। ਸ਼ੇਰਗਿੱਲ ਬਹੁਤ ਬਹੁਤ ਸਵਾਗਤ ਹੈ ਟੀਵੀ ਨਰਾਜ ਤੇ। ਧੰਨਵਾਦ ਜਸਪਾਲ ਜੀ। ਸ਼ੇਰਗਿੱਲ ਗੱਲ ਕਰਦੇ ਹਾਂ ਕਿ ਹਾਈ ਕੋਰਟ ਦੇ ਵੱਲੋਂ ਅੱਜ ਕਿਹਾ ਜਾ ਰਿਹਾ ਕਿ ਅਹਿਮ ਫੈਸਲਾ ਆਏਗਾ, ਆਟਾ ਦਾਲ ਸਕੀਮ ਦੇ ਉੱਪਰ ਸੁਣਵਾਈ ਹੋਣੀ ਹੈ। ਵਿਸਥਾਰ ਦੇ ਨਾਲ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦੇ ਦਿਓ ਕਿ ਅਸਲ ਦੇ ਵਿੱਚ ਡਿਪੂ ਹੋਲਡਰਾਂ ਦੇ ਵੱਲੋਂ ਕਿਸ ਤਰੀਕੇ ਦੀ ਰਿੱਟ ਪਾਈ ਗਈ ਹੈ ਔਰ ਅੱਜ ਕਿਸ ਤਰੀਕੇ ਦਾ ਫੈਸਲਾ ਆਉਣ ਵਾਲਾ ਹੈ। ਜੀ ਬਿਲਕੁਲ, ਪੰਜਾਬ ਸਰਕਾਰ ਦੇ ਵੱਲੋਂ ਬਹੁਤ ਇਹ ਪਹਿਲਕਦਮੀ ਦੇ ਤੌਰ ਦੇ ਉੱਤੇ ਇਹ ਫੈਸਲਾ ਲਿਆ ਗਿਆ ਸੀ ਕਿ ਘਰ ਘਰ ਆਟਾ ਦਾਲ ਸਕੀਮ ਜਿਹੜੀ ਹੈ ਉਹ ਪਹੁੰਚੇਗੀ। ਉਹਨਾਂ ਦਾ ਮੰਤਵ ਇਹ ਸੀ ਕਿ ਵਿੱਚ ਹੁੰਦੀਆਂ ਜਿੰਨੀਆਂ ਵੀ ਕਾਰਜਸਾਨੀਆਂ ਨੇ ਜਾਂ ਜਿਸ ਤਰੀਕੇ ਦੇ ਨਾਲ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਘਪਲੇਬਾਜ਼ੀ ਹੁੰਦੀ ਹੈ, ਉਸ ਨੂੰ ਰੋਕਣ ਦੇ ਮੰਤਵ ਦੇ ਨਾਲ ਉਹਨਾਂ ਨੇ ਇਹ ਸਕੀਮ ਸ਼ੁਰੂ ਕਰਨੀ ਸੀ। ਪਰ ਇਸ ਦੇ ਉੱਪਰ ਹਾਈਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਸੀ ਤੇ ਹੁਣ ਹਾਈਕੋਰਟ ਦੇ ਵੱਲੋਂ ਇਸ ਦੇ ਉੱਤੇ ਫੈਸਲਾ ਆਉਣਾ ਹੈ। ਪਰ ਦੂਸਰੇ ਪਾਸੇ ਜਿਵੇਂ ਤੁਸੀਂ ਡਿਪੂ ਹੋਲਡਰਾਂ ਦੀ ਗੱਲ ਕਰ ਰਹੇ ਹੋ ਤੇ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਚੀਜ਼ ਨਾ ਲਾਗੂ ਕੀਤੀ ਜਾਵੇ। ਉਹ ਕਹਿੰਦੇ ਨੇ ਕਿ ਜੇਕਰ ਇਹ ਲਾਗੂ ਹੋ ਗਈ ਤਾਂ ਜਿਹੜੇ ਡਿਪੂ ਹੋਲਡਰ ਨੇ ਉਹਨਾਂ ਦਾ ਕਾਰੋਬਾਰ ਵੀ ਜਾਂਦਾ ਰਹੇਗਾ, ਉਹਨਾਂ ਦਾ ਜੋ ਵੀ ਤਾਮ ਝਾਮ ਜਿਸ ਦੇ ਉੱਤੇ ਉਹ ਰੋਟੀ ਖਾਂਦੇ ਨੇ ਜਾਂ ਫਿਰ ਉਹਨਾਂ ਦੇ ਪੇਟ ਦੇ ਉੱਪਰ ਲੱਤ ਮਾਰਨ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ, ਇਹ ਡਿਪੂ ਹੋਲਡਰਾਂ ਦਾ ਕਹਿਣਾ ਹੈ। ਇਹੀ ਤਲਖੀ ਆਪਸ ਦੇ ਵਿੱਚ ਸਰਕਾਰ ਦੇ ਡਿਪੂ ਹੋਲਡਰਾਂ ਦੀ ਚੱਲ ਰਹੀ ਹੈ, ਇਸੇ ਕਰਕੇ ਹਾਈਕੋਰਟ ਦੇ ਵੱਲੋਂ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਜੀ ਲੋਕਾਂ ਦੇ ਨਾਲ ਸ਼ੇਰਗਿੱਲ ਤੁਹਾਡੇ ਵੱਲੋਂ ਗੱਲਬਾਤ ਕੀਤੀ ਗਈ ਹੈ, ਲੋਕ ਕੀ ਚਾਹੁੰਦੇ ਨੇ ਕਿ ਜਾਂ ਫਿਰ ਆਟਾ ਦਾਲ ਦੀ ਸਕੀਮ ਜਿਹੜੀ ਉਹ ਵਾਕਿਆ ਹੀ ਘਰ ਘਰ ਦੇ ਵਿੱਚ ਲਾਗੂ ਹੋਵੇ, ਵਾਕਿਆ ਹੀ ਘਰ ਦੇ ਵਿੱਚ ਮੁਹੱਈਆ ਕਰਵਾਇਆ ਜਾਵੇ ਸਰਕਾਰ ਦੇ ਵੱਲੋਂ, ਜਾਂ ਉਸੇ ਤਰੀਕੇ ਦੇ ਨਾਲ ਚਾਹੁੰਦੇ ਆ ਕਿ ਡਿਪੂ ਦੇ ਵਿੱਚ ਆਵੇ, ਅਸੀਂ ਉੱਥੋਂ ਲਾਈਨਾਂ ਦੇ ਵਿੱਚ ਲਾ ਕੇ ਰਾਸ਼ਨ ਲਈਏ, ਕਿਵੇਂ ਦਾ ਲੋਕ ਕੀ ਚਾਹ ਰਹੇ ਨੇ, ਰਿਵਿਊ ਕੀ ਹੈ ਲੋਕਾਂ ਦੇ? ਲੋਕਾਂ ਦੇ ਜੇਕਰ ਗੱਲ ਕਰੀਏ ਮੰਤਵ ਜੀ, ਲੋਕ ਇਹੀ ਚੀਜ਼ ਕਹਿੰਦੇ ਨੇ ਕਿ ਜੇਕਰ ਘਰ ਪਹੁੰਚਦੀ ਆ ਉਹ ਵੀ ਚੰਗੀ ਗੱਲ ਹੈ, ਕਿਉਂਕਿ ਬਹੁਤ ਸਾਰੇ ਬਜ਼ੁਰਗ ਜੋੜੇ ਨੇ ਜਿਹੜੇ ਘਰਾਂ ਦੇ ਵਿੱਚ ਜਾਂ ਫਿਰ ਜਿਨ੍ਹਾਂ ਦੇ ਕੋਈ ਲਿਆਉਣ ਵਾਲਾ ਨਹੀਂ ਹੈ ਜਾਂ ਫਿਰ ਕੰਮਾਂ ਧੰਦਿਆਂ ਦੇ ਉੱਪਰ ਜਾਂਦੇ ਨੇ ਤੇ ਉਹਨਾਂ ਨੂੰ ਛੁੱਟੀ ਕਰਕੇ ਆਟਾ ਦਾਲ ਲੈਣ ਦੇ ਲਈ ਉੱਥੇ ਪਹੁੰਚਿਆ ਜਾਣਾ ਹੁੰਦਾ ਹੈ। ਪਰ ਇਸ ਦੇ ਵਿੱਚ ਇਹ ਲੋਕਾਂ ਨੂੰ ਸਹੂਲਤ ਹੋ ਜਾਣੀ ਹੈ ਕਿ ਜੇਕਰ ਘਰੇ ਇਹ ਚੀਜ਼ ਪਹੁੰਚਦੀ ਹੋ ਜਾਵੇ ਤਾਂ ਉਹ ਆਪਣੀ ਦਿਹਾੜੀ ਦੱਪਾ ਕਰਕੇ ਆਪਣੇ ਜਿਸ ਵੀ ਤਰੀਕੇ ਦੇ ਨਾਲ ਉਹ ਰੋਜ਼ਮਰਾ ਦੀ ਜ਼ਿੰਦਗੀ ਬਤੀਤ ਕਰਦੇ ਨੇ ਉਹ ਕਰ ਸਕਦੇ ਨੇ, ਵਿੱਚੋਂ ਸਮੇਂ ਦੇ ਸਮਾਂ ਕੱਢ ਕੇ ਉਹਨਾਂ ਨੂੰ ਨਹੀਂ ਜਾਣਾ ਪਵੇਗਾ। ਦੂਸਰੇ ਪਾਸੇ ਗੱਲ ਇਹ ਵੀ ਹੈ ਕਿ ਸਰਕਾਰ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਸੀ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ, ਉਹਨਾਂ ਲੋਕਾਂ ਦੇ ਨਾਮ ਦੇ ਉੱਪਰ ਵੀ ਵੱਡਾ ਘਪਲਾ ਹੁੰਦਾ ਹੈ, ਉਹਨਾਂ ਦੇ ਨਾਮ ਦੇ ਉੱਪਰ ਆਟਾ ਦਾਲ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਤੇ ਉਹ ਸਰਪੰਚਾਂ ਦੇ ਵੱਲੋਂ ਜਾਂ ਫਿਰ ਪਿੰਡ ਜਿਹੜੇ ਉੱਪਰ ਆਲਾ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਗਵਰਨ ਕੀਤਾ ਜਾਂਦਾ। ਇਸ ਨੂੰ ਰੋਕਣ ਦੇ ਮੰਤਵ ਦੇ ਨਾਲ ਵੀ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਸੀ, ਲੋਕ ਇਸ ਨੂੰ ਹਾਂ ਪੱਖੀ ਦੇਖ ਰਹੇ ਸੀ, ਪਰ ਡਿਪੂ ਹੋਲਡਰਾਂ ਨੂੰ ਇਸ ਦੇ ਉੱਤੇ ਜਿਹੜੀ ਹੈ ਉਹਨਾਂ ਨੂੰ ਹੈ ਉਹਨਾਂ ਦੇ ਚਿਹਰੇ ਦੇ ਉੱਪਰ ਚਿੰਤਾ ਕਿ ਉਹ ਕੀ ਕਰਨਗੇ, ਉਹਨਾਂ ਦੇ ਨਾਲ ਕੀ ਵਾਪਰੇਗੀ, ਡਿਪੂ ਹੋਲਡਰਾਂ ਦਾ ਕੰਮਕਾਜ ਜਿਹੜਾ ਸੀ ਉਹ ਕਿਵੇਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਰਹੇਗਾ, ਇਹਦੇ ਲਈ ਉਹ ਚਿੰਤਨ ਜ਼ਰੂਰ ਕਰ ਰਹੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਸ਼ੇਰਗਿੱਲ, ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਤਾਂ ਕਿਤੇ ਨਾ ਕਿਤੇ ਸੂਬੇ ਸਰਕਾਰ ਦੇ ਵੱਲੋਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਚੰਗਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜਿਵੇਂ ਲੋਕ ਦੁਬਾਰਾ ਰਾਸ਼ਨ ਵੀ ਲੈ ਲੈਂਦੇ ਨੇ ਜਾਂ ਫਿਰ ਜਿਹੜੇ ਲੋਕ ਹੈ ਹੀ ਨਹੀਂ ਆ ਦੁਨੀਆ ਦੇ ਵਿੱਚੋਂ ਚਲੇ ਗਏ ਨੇ ਤੇ ਉਹਨਾਂ ਦੇ ਨਾਮ ਦੇ ਉੱਪਰ ਵੀ ਰਾਸ਼ਨ ਜਿਹੜਾ ਉਹ ਲਿਆ ਜਾਂਦਾ ਸੀ, ਤਾਂ ਇਹ ਘਪਲੇਬਾਜ਼ੀ ਜੁਮਲੇਬਾਜ਼ੀ ਜਿਹੜੀ ਹੈ ਸਰਕਾਰ ਦੇ ਨਾਲ ਕੀਤੀ ਜਾਂਦੀ ਸੀ। ਪਰ ਇਸ ਦੇ ਨਾਲ ਕੀ ਹੁੰਦਾ ਹੈ ਕਿ ਜੇਕਰ ਹੁਣ ਆਟਾ ਦਾਲ ਘਰ ਘਰ ਦੇ ਵਿੱਚ ਮੁਹੱਈਆ ਕਰਵਾਇਆ ਜਾਵੇਗਾ, ਇੱਕ ਤਾਂ ਪਤਾ ਲੱਗੇਗਾ ਕਿ ਉਹਦੀ ਆਰਥਿਕ ਸਥਿਤੀ ਕਿਵੇਂ ਦੀ ਹੈ ਜਿਹੜੇ ਘਰ ਦੇ ਵਿੱਚ ਇਹ ਸਕੀਮ ਮੁਹੱਈਆ ਕਰਵਾਈ ਜਾ ਰਹੀ ਹੈ, ਔਰ ਦੂਸਰਾ ਜਿਹਦੀ ਸਕੀਮ ਹੈ ਜਿਹਦਾ ਕਾਰਡ ਹੋਲਡਰ ਦਾ ਜਿਹੜੇ ਵਿਅਕਤੀ ਦਾ ਕਾਰਡ ਹੈ ਜਿਨ੍ਹਾਂ ਦਾ ਰਾਸ਼ਨ ਲੱਗਿਆ ਹੋਇਆ ਵਾਕਿਆ ਹੀ ਉਹਨਾਂ ਤੱਕ ਪਹੁੰਚਦਾ ਹੈ, ਵਾਕਿਆ ਹੀ ਇਹ ਕਾਰਡ ਜਾਂ ਰਾਸ਼ਨ ਕਹਿ ਲਈਏ ਕਿ ਉਹਨਾਂ ਦਾ ਹੀ ਉਹੀ ਲੈ ਰਹੇ ਨੇ, ਤਾਂ ਇਸ ਤਰੀਕੇ ਦੀ ਸੱਚਾਈ ਜਿਹੜੀ ਉਹ ਸਾਹਮਣੇ ਆਉਣੀ ਸੀ। ਪਰ ਇਸ ਤੋਂ ਪਹਿਲਾਂ ਡਿਪੂ ਹੋਲਡਰਾਂ ਦੇ ਵੱਲੋਂ ਰਿੱਟ ਪਾ ਦਿੱਤੀ ਗਈ ਹੈ, ਚਿੰਤਾ ਜਤਾਈ ਗਈ ਹੈ ਕਿ ਸਾਡੀਆਂ ਨੌਕਰੀਆਂ ਤੇ ਕਾਰੋਬਾਰ ਦੇ ਉੱਪਰ ਲੱਤ ਜਿਹੜੀ ਉਹ ਵੱਜੇਗੀ। ਫਿਲਹਾਲ ਹਾਈਕੋਰਟ ਦੇ ਵਿੱਚ ਅੱਜ ਫੈਸਲਾ ਹੈ, ਕੀ ਫੈਸਲਾ ਆਵੇਗਾ, ਆਟਾ ਦਾਲ ਸਕੀਮ ਘਰ ਘਰ ਦੇ ਵਿੱਚ ਮੁਹੱਈਆ ਕਰਵਾਈ ਜਾਵੇਗੀ ਜਾਂ ਫਿਰ ਡਿਪੂਆਂ ਦੇ ਵਿੱਚ ਹੀ ਚੱਲੇਗੀ ਆਉਣ ਵਾਲੇ ਸਮੇਂ ਦੇ ਵਿੱਚ, ਉਹਦਾ ਜਾਣਕਾਰੀ ਇਸ ਦੇ ਸੰਬੰਧੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ, ਤੁਸੀਂ ਜੁੜੇ ਰਹੋ ਟੀਵੀ ਐਨ ਰਾਜ ਨਾਲ। ਗੁਰੂ ਜੀ ਬੰਗਾਲੀ
विश्व प्रसिद्ध तांत्रिक चमत्कार नूं नमस्कार। 21 साल का तजुर्बा मेरे किते नूं कोई घट नहीं सकता। 24 घंटे तुहाडी सेवा दे विच हाजिर। बंधन किसने किया, किवें किया, कदों किया ते कित्थों किया, असी सब कुछ गरंटी नाल दसांगे। पता नोट करो, लुधियाना पंजाब। कॉल कर सकते हो 98784-29430। लव मैरिज, घर कलेश, कारोबार, घर की शांति, नौकरी, सौतन तो छुटकारा, विदेश यात्रा च रुकावट, हर काम गरंटी नाल कीता जांदा है। लव मैरिज वशीकरण लॉटरी स्पैशलिस्ट, विदेश विच बैठे लखां लोकां नूं साडे काम तो खुशियां मिलियां हन। 11 घंटे च सारियां समस्यावां दा समाधान कर बैठे।